ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼੍ਰੀ ਗੁਰੂ ਰਵਿਦਾਸ ਸ਼ਕਤੀ, ਸ਼੍ਰੀ ਗੁਰੂ ਰਵਿਦਾਸ ਸ਼ਕਤੀ, ਭਗਵਾਨ ਬਾਰਵੇ ਸ਼ਕਤੀ, ਭਗਵਾਨ ਬਾਰਵੇ ਸ਼ਕਤੀ, ਦਿੱਲੀ ਦੇ ਤੁਗਲਕਾਬਾਦ ਵਿਖੇ ਬਣੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜੇ ਜਾਣ ਨੂੰ ਲੈ ਕੇ ਜਿੱਥੇ ਸਮੂਹ ਦਲਿਤ ਭਾਈਚਾਰੇ ਅਤੇ ਸ਼੍ਰੀ ਗੁਰੂ ਰਵਿਦਾਸ ਨਾਮ ਸੇਵਾ ਸੰਗਤਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਉੱਥੇ ਦੇਸ਼ ਭਰ 'ਚ ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ। ਹੁਸ਼ਿਆਰਪੁਰ ਦੇ ਪ੍ਰਭਾਤ ਚੌਂਕ ਵਿਖੇ ਸਮੂਹ ਦਲਿਤ ਭਾਈਚਾਰੇ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਹੁਸ਼ਿਆਰਪੁਰ ਜਲੰਧਰ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਤ ਮਹਾਂਪੁਰਸ਼ਾਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦਲਿਤ ਭਾਈਚਾਰੇ ਨਾਲ ਹਮੇਸ਼ਾ ਹੀ ਧੱਕਾ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਕੋਰਟ ਦੇ ਇਸ ਫੈਸਲੇ ਨਾਲ ਦਲਿਤ ਭਾਈਚਾਰੇ ਦੇ ਹਿਰਦੇ ਬੁਲੰਦਰੇ ਗਏ ਹਨ। ਅੱਜ ਜਿਹੜਾ ਬੰਦ ਹੋਇਆ ਹੈਗਾ, ਇਹਦਾ ਕਾਰਨ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਤਕਰੀਬਨ 600 ਸਾਲ ਪੁਰਾਣਾ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਸੀ, ਉਹਨਾਂ ਦਾ ਉਹ ਮੋਦੀ ਸਰਕਾਰ ਨੇ ਫਰਮਾਨ ਜਾਰੀ ਕਰਕੇ ਉਹਨੂੰ ਢਵਾ ਦਿੱਤਾ। ਉਹਦੇ ਰੋਸ ਦੇ ਵਿੱਚ ਇਹਨੂੰ ਬੰਦ ਕੀਤਾ ਗਿਆ, ਕਿਉਂਕਿ ਬਹੁਤ ਪੁਰਾਣਾ ਜਿਹੜਾ ਉਹ ਸਾਡਾ ਇਤਿਹਾਸਿਕ ਸਥਾਨ ਸੀ। ਸਾਡੀਆਂ ਜਿਹੜੀਆਂ ਰਵਿਦਾਸ ਮਹਾਰਾਜ ਦੇ ਨਾਮ ਲੇਵਾ ਸੰਗਤਾਂ ਸੀਗੀਆਂ, ਉਹਨਾਂ ਦੇ ਵਿੱਚ ਇਸ ਗੱਲ ਦਾ ਕਾਫੀ ਰੋਸ ਹੈ। ਔਰ ਇਸ ਗੱਲ ਦਾ ਵੀ ਰੋਸ ਹੈ ਕਿ ਉਹਨਾਂ ਨੇ ਸਾਡੇ ਸੰਤਾਂ ਮਹਾਂਪੁਰਸ਼ਾਂ ਦਾ ਨਿਰਾਦਰ ਕੀਤਾ, ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਕੀਤਾ। ਇਹਦਾ ਵੀ ਸਾਡੀ ਜਿਹੜੇ ਸੰਗਤ ਹੈਗੀ ਆ ਉਹਦੇ 'ਚ ਬਹੁਤ ਭਾਰੀ ਰੋਸ ਹੈ। ਔਰ ਇਸ ਗੱਲ ਦਾ ਰੋਸ ਹੈ ਕਿ ਜਿਹੜਾ ਅਯੋਧਿਆ ਦਾ ਕੇਸ ਹੈਗਾ, ਬਾਬਰੀ ਮਸਜਿਦ ਦਾ ਮਸਲਾ, ਉਹਨੂੰ ਰੋਕਿਆ ਜਾ ਸਕਦਾ, ਉਹਨੂੰ ਲੰਬਾ ਪਾਇਆ ਜਾ ਸਕਦਾ ਕਿ ਸ਼ਹਿਰ ਦਾ ਆਪਣੇ ਪੂਰੇ ਭਾਰਤ ਦਾ ਮਾਹੌਲ ਨਾ ਖਰਾਬ ਹੋਵੇ, ਤਾਂ ਇਹਨੂੰ ਵੀ ਰੋਕਿਆ ਜਾ ਸਕਦਾ ਸੀ। ਉਹਨਾਂ ਨੇ ਰੋਕਿਆ ਨਹੀਂ, ਇਹ ਜਾਣ ਬੁੱਝ ਕੇ ਜਿਹੜਾ ਮਾਹੌਲ ਇਹ ਖਰਾਬ ਕੀਤਾ, ਤੇ ਤਾਂ ਕਿ ਜਿਹੜੀਆਂ ਸਾਡੇ ਜਿਹੜੇ ਭਾਵਨਾਵਾਂ ਸਾਡੇ ਜਿਹੜੇ ਹਿਰਦੇ ਉਹ ਬਲੁੰਦਰੇ ਗਏ ਆ। ਇਹਦੇ ਨਾਲ ਉਹ ਬੁਲਡੋਜ਼ਰ ਚਲਾਇਆ ਗਿਆ ਉੱਥੇ, ਬੁਲਡੋਜ਼ਰ ਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਵੀ ਉਹਦੇ ਵਿੱਚ ਤਹਿਸ ਨਹਿਸ ਕੀਤਾ ਗਿਆ। ਉਹਦੇ ਸੰਬੰਧ ਵਿੱਚ ਇਹ ਜਿਹੜਾ ਬੰਦ ਦੀ ਜਿਹੜੀ ਕੌਲ ਹੋਈ ਆ ਪੂਰਾ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਜਿਹੜੀ ਅੱਗ ਜਿਹੜੀ ਆ ਫੈਲ ਗਈ ਆ, ਇਹ ਉਹਨਾਂ ਚਿਰ ਬੰਦ ਰਹੇਗੀ ਜਿੰਨਾ ਚਿਰ ਇਹ ਫਰਮਾਨ ਨੂੰ ਵਾਪਸ ਨਾ ਲਿਆ ਜਾਵੇ। ਜਦੋਂ ਇਹ ਵਾਪਸ ਇਹਨੂੰ ਲਿਆ ਜਾਵੇ, ਉਹਨੂੰ ਏਦਾਂ ਹੀ ਜਿੱਦਾਂ ਸੀਗਾ ਉਸੇ ਪੋਜੀਸ਼ਨ ਦੇ ਵਿੱਚ ਉਹਨੂੰ ਦੁਬਾਰਾ ਬਣਾਇਆ ਜਾਵੇ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਮੰਦਰ ਨੂੰ। ਅਸੀਂ ਇਹ ਪੁਰਜ਼ੋਰ ਮੰਗ ਕਰਦੇ ਹਾਂ, ਔਰ ਬਹੁਜਨ ਸਮਾਜ ਪਾਰਟੀ ਦੇ ਪੁਰਜ਼ੋਰ ਅਪੀਲ ਹੈ ਕਿ ਇਹ ਚੇਤਾਵਨੀ ਵੀ ਆ, ਅਗਰ ਇਹ ਜਿਹੜਾ ਬੰਦ ਜਿਹੜਾ ਉਹ ਢਾਇਆ ਗਿਆ, ਬੁਲਡੋਜ਼ਰ ਚਲਾਇਆ ਗਿਆ, ਜੇਸੀਬੀ ਮਸ਼ੀਨਾਂ ਚਲਾਈਆਂ ਗਈਆਂ, ਸਾਡੇ ਸੰਤ ਸਮਾਜ ਦਾ ਨਿਰਾਦਰ ਕੀਤਾ ਗਿਆ, ਔਰ ਸਾਡਾ ਜਿਹੜਾ ਸਮਾਜ ਹੈ ਸੰਤਾਂ ਦੇ ਸਨਮਾਨ ਦੇ ਵਿੱਚ ਖੜਾ ਆ, ਸਤਿਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਖੜਾ ਆ, ਉਹਨਾਂ ਦੇ ਸਨਮਾਨ ਦੇ ਵਿੱਚ ਹੀ ਅੱਜ ਇਹ ਬੰਦ ਕੀਤਾ ਗਿਆ, ਤੇ ਜੇ ਉਹਨੂੰ ਫਰਮਾਨ ਨੂੰ ਵਾਪਸ ਨਾ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਜਿਹੜਾ ਉਹ ਲਿਖਿਆ ਜਾਏਗਾ। ਜੈ ਭੀਮ, ਜੈ ਭਾਰਤ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।